Mundabad! Mundabad! ਮੰਦਭਾਗੀ ਜਿਹੜੀ ਘਟਨਾ ਹੋਈ ਹੈ, ਇੱਕ ਚੁਣੇ ਹੋਏ ਨੁਮਾਇੰਦੇ ਦੇ ਜਿਹੜੇ ਤਕਰੀਬਨ 2 ਲੱਖ ਲੋਕਾਂ ਨੂੰ ਰਿਪ੍ਰਜੈਂਟ ਕਰਦੇ ਆ, ਉਹਨਾਂ ਦੀ ਪੱਗ ਲਾਈ ਗਈ। ਉਹ ਵੀ ਲਾਈ ਕਿਹਦੇ ਵੱਲੋਂ ਗਈ? ਰੇਤ ਮਾਫੀਏ ਵੱਲੋਂ। ਦੇਖੋ, ਪੰਜਾਬ ਦੇ ਲੋਕਾਂ ਨੇ ਸਾਡੀ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਲਾਈ ਹੈ। ਇਹ ਪੰਜਾਬ ਦੇ ਭਗਦੇ ਮਸਲੇ ਸੀ, ਚਾਹੇ ਰੇਤ ਦਾ ਹੋਵੇ, ਡਰੱਗਸ ਦਾ ਹੋਵੇ, ਅਤੇ ਅੱਜ ਵੀ ਉਸੇ ਤਰ੍ਹਾਂ ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਰੇਤ ਮਾਫੀਆ ਉਸੇ ਤਰ੍ਹਾਂ ਕਾਬਜ਼ਾ। ਇੱਥੋਂ ਪਤਾ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਗੁੰਡਾਗਰਦੀ ਕੀਤੀ, ਜਿਸ ਤਰ੍ਹਾਂ ਇੱਕ ਜਿਹੜਾ ਵਿਰੋਧੀ ਧਿਰ ਦਾ MLA ਹੈ, ਜਿਹਦਾ ਫਰਜ਼ ਬਣਨਾ ਕਿ ਲੋਕਾਂ ਦੇ ਜਿਹੜੇ ਹੱਕ ਆ ਉਹਨਾਂ ਦੀ ਰਾਖੀ ਕਰੇ, ਪੰਜਾਬ ਦਾ ਜਿਹੜਾ ਭਗਦਾ ਮਸਲਾ ਸੀ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ, ਸਾਡੇ MLA ਸਾਹਿਬ ਉੱਥੇ ਪਹੁੰਚੇ। ਤੁਸੀਂ ਉਹਨਾਂ ਦੀ ਗੁੰਡਾਗਰਦੀ ਦੇਖੋ, ਪੰਜਾਬ 'ਚ ਗੁੰਡਾਗਰਦੀ ਪਹਿਲਾਂ ਵੀ ਹੋ ਰਹੀ ਹੈ, ਪਰ ਇਸ ਤਰ੍ਹਾਂ ਦੀ ਨਹੀਂ ਸੀ ਹੋਈ। ਰੇਤ ਮਾਫੀਏ ਵੱਲੋਂ ਇੱਕ MLA ਦੀ ਪੱਗ ਲਾਈ ਗਈ, ਉਹ ਵੀ ਵੈਸੇ ਨਹੀਂ, ਉਹਨਾਂ ਨੂੰ ਜੇ ਸ਼ਹਿ ਕਿਸੇ ਤਾਂ ਹੀ ਲਾਈ ਗਈ, ਅਤੇ ਉਹ 24 ਘੰਟੇ ਦੇ ਵਿੱਚ ਸ਼ਹਿ ਕੀਤੀ ਸੀ, ਉਹ ਪ੍ਰੂਵ ਵੀ ਹੋ ਗਈ। 24 ਘੰਟੇ ਦੇ ਵਿੱਚ ਸਰਕਾਰ ਵੱਲੋਂ ਇਹ ਫਰਮਾਨ ਆ ਜਾਂਦਾ ਕਿ ਜਿਹੜੀ ਇਹ ਰੇਤ ਜਿਹੜੀ ਉੱਥੇ ਮਾਈਨਿੰਗ ਹੋ ਰਹੀ ਸੀ ਉਹ ਬਿਲਕੁਲ ਜਾਇਜ਼ ਆ, ਕੋਈ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ। ਇਹ ਇਕੱਲਾ ਇੱਥੋਂ ਨਹੀਂ, ਇਸ ਤੋਂ ਪਹਿਲਾਂ ਜਿਹੜੇ ਇੰਸੀਡੈਂਟ ਹੁੰਦੇ ਰਹੇ ਆ, SHO ਜਿਹੜਾ, ਜਿਹਨੇ ਇੱਕ ਜਾਗਦੀ ਜ਼ਮੀਰ ਵਾਲਾ ਸੀ, ਜਿਹਨੇ ਆਪਣੇ ਫਰਜ਼ ਨੂੰ ਸਮਝਿਆ, ਜਿਹਨੇ ਮਾਈਨਿੰਗ ਵਿਰੁੱਧ ਮੁੱਦਾ ਚੁੱਕਿਆ, ਉਹ SHO ਨੂੰ ਕਮਲਾ ਘੋਸ਼ਿਤ ਕਰ ਦਿੱਤਾ ਗਿਆ। ਇਹ ਸਾਡੀ ਇਸੇ ਕਰਕੇ ਅਸੀਂ ਅੱਜ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ, ਇਹ ਸਰਕਾਰ ਦੇ ਵਿਰੁੱਧ ਜਿਹੜੀ ਤਾਨਾਸ਼ਾਹ ਦੀ ਸਰਕਾਰ ਹੈ, ਜਿਹੜੀ ਚੁਣੇ ਹੋਏ ਨੁਮਾਇੰਦਿਆਂ ਦੀਆਂ ਵੀ ਪੱਗਾਂ ਲਾਉਂਦੀ ਆ, ਜਿਹਦੇ ਰਾਹ 'ਚ ਸਿੱਖੀ ਨੂੰ ਖਤਰਾ ਹੈ, ਉਹਨਾਂ ਦੇ ਵਿਰੁੱਧ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਹੁਣ ਪਾਣੀ ਜਿਹੜਾ ਉਹ ਸਿਰ ਤੋਂ ਦੀ ਲੰਘ ਗਿਆ, ਆਪਾਂ ਪੰਜਾਬ ਦੇ ਮੁੱਦਿਆਂ ਲਈ ਇਕਜੁੱਟ ਹੋਈਏ। ਇਸੇ ਕਰਕੇ ਅੱਜ ਅਸੀਂ ਇੱਥੇ ਇਹ ਜਿਹੜਾ ਮੁਲਜ਼ਮ ਆ, ਮੁੱਖ ਮੁਲਜ਼ਮ ਆ, ਉਹਨੇ ਕਿਹਾ ਵੀ ਮੈਂ ਆਮ ਆਦਮੀ ਪਾਰਟੀ ਦੀ ਵਰਕ ਕਰਾਂਗਾ, ਅਤੇ ਮੈਥੋਂ ਜਿਹੜਾ MLA ਵੱਲੋਂ ਹਿੱਸਾ ਮੰਗਿਆ ਜਾ ਰਿਹਾ ਸੀ, ਉਹਨੂੰ ਕਿਵੇਂ ਦੇਖ? ਦੇਖੋ ਜੀ, ਆਮ ਆਦਮੀ ਪਾਰਟੀ ਦਾ ਜਿਹੜਾ ਮੁੱਖ ਮਕਸਦ ਸੀ ਇੱਥੇ ਇਮਾਨਦਾਰੀ ਲੈ ਕੇ ਆਉਣਾ ਸੀ, ਇੱਥੋਂ ਜਿਹੜਾ ਰੇਤ ਮਾਫੀਆ, ਇੱਥੋਂ ਜਿਹੜਾ ਡਰੱਗਸ ਦਾ ਮਾਫੀਆ ਚੱਲਦਾ, ਇਹਨੂੰ ਖਤਮ ਕਰਨਾ ਸੀ। ਜਿਹੜੇ ਵਰਕਰ ਦੀ ਇਹ ਵਿਚਾਰਧਾਰਾ ਹੈ ਵੀ ਉਹ ਰੇਤ ਮਾਫੀਆ ਇੱਥੇ ਲੈ ਕੇ ਆਊਗਾ, ਇੱਥੇ ਨਜਾਇਜ਼ ਮਾਈਨਿੰਗ ਕਰੂਗਾ, ਉਹ ਆਮ ਆਦਮੀ ਪਾਰਟੀ ਦਾ ਵਰਕਰ ਹੋ ਹੀ ਨਹੀਂ ਸਕਦਾ। ਉਹ ਇਹਨਾਂ ਜਿਹੜੇ ਨਸ਼ੇ ਦੇ ਤਸਕਰ ਹੈ, ਜਿਹੜੇ ਰੇਤੇ ਦੇ ਤਸਕਰ ਹੈ, ਇਹਨਾਂ ਰਲਿਆ ਹੋਇਆ। ਆਮ ਆਦਮੀ ਪਾਰਟੀ ਦੇ MLA ਸਾਹਿਬ ਤਾਂ ਉੱਥੇ ਪਹਿਲਾਂ ਵੀ ਜਾਂਦੇ ਰਹਿੰਦੇ ਆ, ਉਹ ਤਾਂ ਜੇ ਨਜਾਇਜ਼ ਮਾਈਨਿੰਗ ਹੋਈ ਸੀ ਤਾਂ ਕਰਕੇ ਉਹਦੇ ਵਿਰੋਧ 'ਚ ਗਏ ਸੀ।
ਤਾਂ ਕਰਕੇ ਉਹਨਾਂ ਨੇ ਉਹ ਸ਼ਰਿਆਂ ਵੀਡੀਓ 'ਚ ਦੇਖ ਰਿਹਾ, ਤਾਂ ਕਰਕੇ ਉਹਨਾਂ ਨੇ ਉਹਨਾਂ ਨੇ ਹੱਥੋਪਾਈ ਕੀਤੀ ਹੈਗੀ। ਮਤਲਬ ਕਿ ਲੋਕਾਂ 'ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਸਾਡੇ ਵਿਰੁੱਧ ਕੋਈ ਵੀ ਆਵਾਜ਼ ਉਠਾਊਗਾ, ਜਿਹੜਾ ਗਲਤ ਧੰਦਿਆਂ ਵਿਰੁੱਧ ਆਵਾਜ਼ ਉਠਾਊਗਾ, ਉਹਦਾ ਅਸੀਂ ਹਸ਼ਰ ਇਸੇ ਤਰ੍ਹਾਂ ਕੀਤਾ ਗਏ। ਇਹ MLA ਦੀ ਪੱਗ ਤਾਂ ਕਰਕੇ ਲਾਈ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਸਕੇ ਵੀ ਤੁਸੀਂ ਸਾਡੇ ਸਾਹਮਣੇ ਕੁਛ ਚੀਜ਼ ਨਹੀਂ, ਜਦੋਂ ਅਸੀਂ MLA ਦਾ ਹਸ਼ਰ ਕਰ ਸਕਦੇ ਹਾਂ ਸਾਡੇ ਸਾਹਮਣੇ ਆਮ ਲੋਕ ਹੀ ਨੇ। ਜਿਹੜਾ ਰੋਸ ਹੈ ਲਾਲ ਨੈਟ ਨੂੰ ਲੈ ਕੇ ਆ, ਜਦੋਂ ਉੱਥੇ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ MLA ਸੁਰੱਖਿਅਤ ਨਹੀਂ, ਆਮ ਲੋਕਾਂ ਦਾ ਕੀ ਹਾਲ ਹੋਊਗਾ? ਇਸ ਤਰ੍ਹਾਂ ਦਾ ਅੱਗੇ ਕੀ ਰੋਸ ਰਹੂਗਾ? ਮਤਲਬ ਅੱਗੇ ਅਸੀਂ ਸੋਮਵਾਰ ਨੂੰ ਉੱਥੇ ਵੀ ਰੱਖਿਆ ਮਜ਼ਾਰਾ ਰੋਪੜ ਦੇ ਵਿੱਚ, ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਸਾਰੇ ਬੰਦੇ ਨੂੰ, ਇਸ ਤਰ੍ਹਾਂ ਚੱਲਦਾ ਰਹੂਗਾ ਅਤੇ ਜਿੰਨਾ ਕਿ ਗੁੰਡਾਗਰਦੀ ਨੂੰ ਖਤਮ ਕਰਾਉਣ ਤੱਕ ਜਿਹੜੀ ਆਮ ਆਦਮੀ ਪਾਰਟੀ ਆ, ਸਾਡੇ MLA ਸਾਰੀ ਪਾਰਟੀ ਉਹਨਾਂ ਖਿਲਾਫ਼ ਲੜਦੀ ਰਹੂਗੀ।